स्नेहा दी जाल उंदी ऐसा जाल करती बुरा हाल घरों खुशियां दिंदी निकाल। राम राम भाइयों, मेरा नाम प्रीत है, नरोत्तक हरियाणा से रहने वाला हूँ और मैं अपनी पढ़ाई के बारे में आपको कुछ बताना चाहता हूँ। मैं जब 12वीं क्लास में हुआ तो मुझे लगा कि मैं पढ़ाई में होशियार हूँ, लेकिन ऐसा कुछ नहीं था। मैं 12वीं कक्षा में 3 बार फेल हो गया। चौथी बार मैंने 12वीं की तो चौथी बार भी देखा कि मैं चौथी बार भी फेल हूँ, तो एक बार मेरा पढ़ाई से बिल्कुल ही मन उठ गया कि मैं पढ़ाई ही ना करूँ। हेलो दोस्तों, मेरा नाम हरीश कुमार है। अब से 5 साल पहले मैंने टूर्स एंड ट्रेवल्स का बिजनेस शुरू किया था, पर अचानक न जाने अच्छे काम को मेरी किसकी नज़र लग गई कि अचानक गाड़ियों का एक्सीडेंट होने शुरू हो गए, ड्राइवर्स ने मुझे कमा के कुछ नहीं दिया, मेरा पेट्रोल निकाल निकाल कर बेचने लगे, मैं बहुत टेंस रहने लगा। फिर मेरी फैमिली में भी इसी तरह की प्रॉब्लम चलती रही कि मेरा बिजनेस अच्छा नहीं चल रहा, तो फैमिली के जो मेरे रिलेशंस थे, रिश्तेदारों से मेरे रिलेशन थे, वो भी ख़राब होने लगे बिकॉज ऑफ माई टेंशन। सत श्री अकाल दोस्तों, मेरा नाम बलजीत नूर है, मैं चंडीगढ़ में गवर्नमेंट जॉब भी करता, नाल नाल मैं थिएटर आर्टिस्ट भी हाँ। ਜ਼ਿੰਦਗੀ ਦੀ ਇੰਨੀ ਭੱਜ ਦੌੜ ਦੇ ਵਿੱਚ ਮੇਰੇ ਕੋਲ ਪੈਸੇ ਇਕੱਠਾ ਨਹੀਂ ਸੀ ਹੁੰਦਾ, ਜ਼ਿੰਦਗੀ ਦੀ ਬਹੁਤ ਭੱਜ ਦੌੜ ਸੀ, ਪਰ ਹੁਣ ਮੀਆਂ ਜੀ ਦੀ ਮਿਹਰ ਨਾਲ ਮੇਰੇ ਕੋਲ ਸਭ ਕੁਝ ਹੈ, ਮੇਰੇ ਕੋਲ ਗੱਡੀ ਵੀ ਹੈ, ਮਕਾਨ ਵੀ ਹੈ, ਜ਼ਿੰਦਗੀ ਦੀ ਹਰ ਸਹੂਲਤ ਮੇਰੇ ਕੋਲ ਹੈ, ਅਤੇ ਮੀਆਂ ਜੀ ਦੀ ਮਿਹਰ ਨਾਲ ਸਦਕਾ ਜੀ। ਥੈਂਕ ਯੂ। ਤੋ ਮੈਂ ਯਹਾਂ ਮੀਆਂ ਜੀ ਸੇ ਮਿਲਨੇ ਚੰਡੀਗੜ੍ਹ ਆਇਆ, ਮੈਂ ਉਨਸੇ ਮਿਲਾ, ਉਨ੍ਹੋਂਨੇ ਮੁਝੇ ਕੁਛ ਉਪਾਏ ਬਤਾਏ ਜਿਨਕੋ ਮੈਨੇ ਦਿਲ ਸੇ ਕੀਆ, ਉਨ ਉਪਾਯੋਂ ਕੋ ਦਿਲ ਸੇ ਕਰਨੇ ਕੇ ਬਾਅਦ ਮੈਨੇ 12ਵੀਂ ਕਕਸ਼ਾ ਮੇਂ ਫਿਰ ਸੇ ਐਡਮਿਸ਼ਨ ਲਿਆ। 12ਵੀਂ ਕਕਸ਼ਾ ਮੇਂ ਐਡਮਿਸ਼ਨ ਲੈਣੇ ਕੇ ਬਾਅਦ ਆਜ ਮੈਂ 12ਵੀਂ ਕਕਸ਼ਾ ਮੇਂ ਅੱਛੇ ਨੰਬਰੋਂ ਸੇ ਉਤੀਰਣ। ਮੁਝੇ ਮੇਰੇ ਦੋਸਤ ਨੇ ਇੱਕ ਬਹੁਤ ਅੱਛੀ ਰਾਏ ਦੀ, ਮੁਝੇ ਉਨ੍ਹੋਂਨੇ ਮੀਆਂ ਜੀ ਕੇ ਬਾਰੇ ਮੇਂ ਬਤਾਇਆ, ਉਨ੍ਹੋਂਨੇ ਕਿਹਾ ਕਿ ਮੀਆਂ ਜੀ ਸੇ ਮਿਲੋ, ਤੁਹਾਰੀ ਸਭ ਸਮੱਸਿਆਏ ਖਤਮ ਹੋ ਜਾਏਗੀ। ਜੈਸੇ ਹੀ ਮੈਨੇ ਉਨਕੀ ਕਹੀ ਹੋਈ ਬਾਤੇ ਮਾਨੀ, ਸਭ ਉਨਕੀ ਮਾਰਗਦਰਸ਼ਨ ਪੇ ਚਲਾ, ਤੋ ਇਕਦਮ ਸੇ ਮੇਰਾ ਟੂਰਸ ਐਂਡ ਟ੍ਰੈਵਲਸ ਕਾ ਬਿਜ਼ਨਸ ਫਿਰ ਸੇ ਫਲ ਫੁੱਲਨੇ ਲਗਾ ਔਰ ਮੁਝੇ ਬਹੁਤ ਕਮਾਈ ਹੋਣੇ ਲਗੀ। ਤੁਸੀਂ ਵੀ ਛੇਤੀ ਕਰੋ, ਤੁਹਾਡੀ ਸਮੱਸਿਆ ਕੋਈ ਵੀ ਹੋਵੇ, ਘਰ 'ਚ ਹੋਵੇ ਕਲੇਸ਼ ਜਾਂ ਜਾਣਾ ਹੋਵੇ ਵਿਦੇਸ਼, ਨਹੀਂ ਹੁੰਦਾ ਵਿਆਹ ਜਾਂ ਪਤੀ ਨਹੀਂ ਕਰਦਾ ਪਰਵਾਹ, ਨਹੀਂ ਚੱਲਦਾ ਵਪਾਰ ਜਾਂ ਰਹਿੰਦੇ ਹੋ ਬਿਮਾਰ, ਕਰਦੇ ਹੋ ਕਿਸੇ ਨੂੰ ਪਿਆਰ ਜਾਂ ਬੱਚੇ ਨੇ ਕਹਿਣ ਤੋਂ ਬਾਅਦ, ਬਸ ਇੱਕ ਵਾਰ ਮੀਆਂ ਤਲਵਾਰ ਖਾਨ ਨੂੰ ਆ ਕੇ ਮਿਲੋ, ਮੀਆਂ ਜੀ ਤੁਹਾਡੇ ਵੀ ਕਸ਼ਟ ਦੂਰ ਕਰ ਦੇਣਗੇ। ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰਿਓ, ਉਹਨਾਂ ਦਾ ਨੰਬਰ ਹੈ 8968299468।